मैं अधूरे गीत दा एक सतर हाँ, मैं अधूरे गीत दी एक सतर हाँ, मैं अपैरी पैड़ दा एक सफर हाँ। इश्क ने जो कीतियां बर्बादियां, मैं उन्हें बर्बादियां दा सिखर हाँ। मैं तेरी महफल दा एक बुझिया चिराग हाँ, मैं तेरे होठा चों गिरिया जिक्र हाँ। जिसने मैनू वेख के भी ना वेख्या, मैं ओदी ओदे नैणा दी गूंगी नज़र हाँ, मैं ओदे नैणा दी गूंगी नज़र हाँ। ये शिव कुमार बटालवी साहब दी लाइनां ने जी। बहुत सारे गीत असीं उन्हां दे सुणदे हां देखदे हां, पर बहुत सारे गीत ऐसे रहे जिन्हां नूं असीं नहीं जाणदे, बहुत सारियां कवितावां ऐसियां ने। सो बटालवी साहब दी इन्हां लाइनां नाल मैं हाजर हाँ जी। एक बार जगतार सिंह जग्गी, सब तो पहला जस पंजाबी देखने वाले ते पंजाबी मां बोली नूं प्यार करन वाले प्यारे प्यारे पंजाबियों नूं मेरे वल्लों हमेशा दी तरह प्यार भरी सत श्री अकाल, नमस्कार, आदाब, सलाम, हैलो हाय ते नाल दी नाल बहुत बहुत निघा स्वागत अज दे इस लाइव शो दे विच। लाइव शो की गल करिए तां जी वीकेंड तो बाद पहला प्रोग्राम हुंदा है, ते नाल दी नाल अगर असीं गल करिए तां आपां इहदे च गीत संगीत की गल करी दी आ। गीत संगीत की भी वह गल करी दी है जिहड़ा गीत साडी रूह नूं सुकून दिंदा। अजकल दे गीत संगीत की गल मैं घट ही करदा हुंदा, वैसे तां गीत संगीत हमेशा मैं कहिंदा हुंदा कि संगीत संगीत ही है चाहे किसी भी भाषा दे विच होवे, ते पर उहदे जिहड़े गीत ने जां उहनां दा जिहड़ा वीडियो बणदा उहनां दा फर्क हो सकदा है। सो गीत संगीत की गल करन तों पहलां मैं कुछ खबरां जिहड़ियां ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ। ਵੈਸੇ ਤਾਂ ਖਬਰਾਂ ਖੁਰਾਂ ਪਤਾ ਲੱਗ ਹੀ ਜਾਂਦੀਆਂ ਸਾਰੀਆਂ, ਸੁਣਦੇ ਦੇਖਦੇ ਇੱਧਰ ਉੱਧਰੋਂ, ਪਰ ਫਿਰ ਮੈਂ ਵੀ ਸਮਝਦਾ ਆਪਣਾ ਫਰਜ਼ ਕਿ ਆਪਣੇ ਹਿਸਾਬ ਦੇ ਨਾਲ ਮੈਂ ਵੀ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਜਿਹੜੀਆਂ ਉਹ ਸਾਂਝੀਆਂ ਕਰਾਂ। ਪਹਿਲੀ ਖਬਰ ਤਾਂ ਜਿਹਨੇ ਜੀ ਚਾਰ ਚੁਫੇਰੇ ਧੁੰਮਾਂ ਪਾਈਆਂ ਹੋਈਆਂ ਪੂਰੀ ਵਰਲਡ ਦੇ ਵਿੱਚ, ਯਾਨੀ ਕਿ ਬਾਹਰਲਾ ਅਮੈਰੀਕਾ ਮੀਡੀਆ, ਕਨੇਡਾ ਕੀ ਆ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਜਿੰਨਾ ਇੱਧਰਲਾ ਮੀਡੀਆ, ਇੰਗਲਿਸ਼ ਮੀਡੀਆ, ਉਹਨਾਂ ਨੇ ਉਸ ਗੱਲ ਨੂੰ ਬੜਾ ਚੱਕਿਆ, ਖਬਰ ਨੂੰ ਬੜਾ ਚੱਕਿਆ ਕਿ ਮਮਤਾ ਬੈਨਰਜੀ ਜਿਹੜੀ ਹੈ ਉਹ 214 ਸੀਟਾਂ ਲੈ ਕੇ ਅਤੇ ਜਿੱਤੀ ਹੈਗੀ ਹੈ ਜੀ ਪੱਛਮੀ ਬੰਗਾਲ ਦੇ ਵਿੱਚੋਂ। ਚਲੋ ਇਉਂ ਕਹਿ ਲਈਏ ਵੀ ਜਿੱਤਣਾ ਹਾਰਨਾ ਬਣਿਆ, ਕੋਈ ਵੱਡੀ ਗੱਲ ਨਹੀਂ ਵੀ ਜਿੱਤ ਗਿਆ ਕੋਈ ਹਾਰ ਗਿਆ, ਪਰ ਵੱਡੀ ਗੱਲ ਇਹਦੇ 'ਚ ਕਈ ਵੱਡੀਆਂ ਗੱਲਾਂ ਨੇ, ਇੱਕ ਵੀ ਨਹੀਂ ਹੈਗੀ, ਕਈ ਗੱਲਾਂ ਨੇ ਹੈਰਾਨ ਕਰਨ ਵਾਲੀਆਂ ਜਿਹੜੀਆਂ ਸਾਨੂੰ ਜ਼ਿਕਰ ਕਰਨਾ ਬਣਦਾ। ਇੱਕ ਤਾਂ ਤੀਜੀ ਵਾਰ ਬਣੀ ਹੈ ਜੀ ਮੁੱਖ ਮੰਤਰੀ, ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਇਸ ਇਲੈਕਸ਼ਨ ਦੇ ਉੱਪਰ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ ਦੇ ਜਿੰਨਾ ਵੀ ਤਲਮਾ ਪਲਮਾ ਹੈਗਾ ਸਭ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀਗਾ। 6,000 ਕਰੋੜ ਰੁਪਈਆ ਬੀਜੇਪੀ ਸਰਕਾਰ ਨੇ ਪੱਛਮੀ ਬੰਗਾਲ ਦੀਆਂ ਇਲੈਕਸ਼ਨਾਂ 'ਤੇ ਖਰਚਿਆ, ਸਿਰਫ ਪੱਛਮੀ ਬੰਗਾਲ ਇਲੈਕਸ਼ਨਾਂ ਦੇ ਉੱਪਰ। ਅਤੇ ਦੂਜੀ ਗੱਲ ਇਹ ਹੈ ਕਿ 70 ਰੈਲੀਆਂ ਲਗਭਗ ਮੋਦੀ ਸਾਹਿਬ ਨੇ ਕੀਤੀਆਂ ਜੀ ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ, 110 ਦੇ ਕਰੀਬ ਕੀਤੀਆਂ ਅਮਿਤ ਸ਼ਾਹ ਨੇ, ਅਤੇ ਬਾਕੀ ਜਿੰਨੇ ਉਹਨਾਂ ਦੇ 300 MP ਆ, ਅਤੇ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਤਕੜੇ ਬੁਲਾਰੇ ਹੈਗੇ ਆ ਲਗਭਗ 100 ਤੋਂ ਉੱਪਰ, 110 ਦੇ ਕਰੀਬ 100, ਉਹ ਬੁਲਾਰੇ ਸਾਰੇ ਹੀ ਉੱਥੇ ਝੋਕ ਰੱਖੇ ਸੀਗੇ। ਅਤੇ ਉੱਧਰੋਂ ਮੋਦੀ ਸਾਹਿਬ ਦੇ ਬਿਆਨ ਜੇ ਤੁਸੀਂ ਸੁਣੇ ਹੋਣੇ ਆ, ਬੜਾ ਹਾਸਾ ਵੀ ਆਉਂਦਾ, ਦੀਦੀ ਉਹ ਦੀਦੀ ਤੁਮ ਤੋ ਗਈ ਬੰਗਾਲ ਕੇ ਏਕ ਏਕ 'ਤੇ ਆਵਾਜ਼ ਆ ਰਹੀ ਹੈ, ਦੀਦੀ ਤੋਂ ਅਬ ਬੂਆ ਬਣ ਗਈ। ਮਤਲਬ ਇਹੋ ਜਿਹੇ ਪ੍ਰਧਾਨ ਮੰਤਰੀ ਦੇ ਮੂੰਹ ਬਿਆਨ ਜਿਹੜੇ ਸ਼ੋਭਾ ਨਹੀਂ ਦਿੰਦੇ, ਪਰ ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਵੀ ਪੂਰਾ 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 ਅੱਡੀ ਚੋਟੀ ਤੱਕ ਦਾ ਜ਼ੋਰ ਅਸੀਂ ਜਿਹਨੂੰ ਕਹਿ ਦਿੰਦੇ ਹਾਂ ਉਹ ਲਾਇਆ ਗਿਆ ਸੀ ਪੱਛਮੀ ਬੰਗਾਲ ਦੇ ਵਿੱਚ, ਸਿਰਫ ਪੱਛਮੀ ਬੰਗਾਲ ਦੇ ਵਿੱਚ, ਅਤੇ ਉਹ ਜਿਹੜਾ ਕੰਮ ਸਿਰੇ ਨਹੀਂ ਚੜਿਆ। ਅਤੇ ਹੁਣ ਆਉਣ ਵਾਲਾ ਸਮਾਂ ਕੀ ਦੱਸਦਾ। ਦੂਜੀ ਗੱਲ ਇਹ ਪੱਛਮੀ ਬੰਗਾਲ ਦੀ ਵਾਗਡੋਰ ਜਿਹੜੀ ਆ ਉਹ ਵੀ ਪ੍ਰਸ਼ਾਦ ਕਿਸ਼ੋਰ ਨੇ ਸਾਂਭੀ ਸੀਗੀ, ਜਿਹੜਾ ਪੰਜਾਬ ਦਾ ਵੀ ਹੈਗਾ, ਕੈਪਟਨ ਸਾਹਿਬ ਦਾ ਵੀ ਬੰਦਾ ਸੀ, ਪਰ ਉਹਨੇ ਕਹਿੰਦੇ ਹੁਣ ਰਿਜ਼ਾਈਨ ਦੇ ਦਿੱਤਾ ਮਮਤਾ ਬੈਨਰਜੀ ਸਰਕਾਰ ਬਣਨ ਤੋਂ ਬਾਅਦ ਹੀ ਰਿਜ਼ਾਈਨ ਦਿੱਤਾ ਵੀ ਨਹੀਂ ਮੈਂ ਤਾਂ ਹੁਣ ਬਸ ਮੇਰਾ ਕੰਮ ਬਹੁਤ ਹੋ ਗਿਆ ਮੈਂ ਕਰਨਾ ਹੁਣ ਅੱਗੇ, ਕੀ ਉਹਦਾ ਪੈਂਤੜਾ ਬਦਲਦਾ, ਕੀ ਕਰ ਸਕਦੇ ਨੇ, ਬਹੁਤ ਸਾਰੀਆਂ ਕਿਆਸ ਰਾਈਆਂ ਹੈਗੀਆਂ ਨੇ ਕਿ ਹੋ ਸਕਦਾ ਨਵਜੋਤ ਸਿੱਧੂ ਨਾਲ ਮਿਲ ਕੇ ਕੋਈ ਨਾ ਕੋਈ ਢਾਹ ਭੰਨ ਉਹ ਕਰਨ, ਕੋਈ ਨਾ ਕੋਈ ਤੀਜਾ ਫਰੰਟ ਖੜ੍ਹਾ ਕਰਨ ਦੀ ਕੋਸ਼ਿਸ਼ ਕਰਨ। ਵੈਸੇ ਮੈਨੂੰ ਇਉਂ ਲੱਗਦਾ ਜੇ ਵਧੀਆ ਵਧੀਆ ਬੰਦੇ ਚੁਣ ਕੇ ਸਾਰੇ ਇੱਕ ਹੋਰ ਤੀਜਾ ਫਰੰਟ ਕਿ ਚੌਥਾ ਫਰੰਟ ਆ ਜਾਏ, ਫਿਰ ਆਹਮੋ ਸਾਹਮਣੇ ਜਿਹਾ ਕੰਮ ਹੋਜੂਗਾ, ਬਰਾਬਰ ਜਿਹਾ ਹੋਜੂਗਾ, ਦੋ ਫਰੰਟ ਉੱਧਰ ਅਤੇ ਦੋ ਉੱਧਰ। ਅਤੇ ਤੀਜੀ ਗੱਲ ਇਹ ਲੱਗਦੀ ਹੈ ਆਉਣ ਵਾਲੇ ਸਮੇਂ ਦੀ ਜਿਹੜੀ ਕਿ ਹੋ ਸਕਦੀ ਹੈ, ਹੋ ਜਾਵੇ ਤਾਂ ਚੰਗੀ ਗੱਲ ਹੈ। ਜਿੰਨੀਆਂ ਵਿਰੋਧੀ ਪਾਰਟੀਆਂ ਨੇ ਸੈਂਟਰ ਦੀਆਂ ਭਾਰਤ ਦੇ ਵਿੱਚ, ਉਹ ਸਾਰੀਆਂ ਰਲ ਕੇ ਅਗਰ ਮਹਾਂਫਰੰਟ ਬਣਾ ਕੇ ਮਮਤਾ ਬੈਨਰਜੀ ਨੂੰ PM ਦਾ ਕੈਂਡੀਡੇਟ ਡਿਕਲੇਅਰ ਕਰ ਦੇਣ,
तो मेरा ख्याल है तो भी पासा बड़े वड्डे पद्धर से पलट सकता। चलो अगली गल कर दें। अक्सर कहा जाता जी कि अकाली दल वाले कांग्रेस से लाते इल्जाम तो कांग्रेस वाले अकाली दल से भी नशा इन्होंने हूँ विरोधी धुर अकाली दल हूँ भी पूरा कांग्रेस से वो लाते हैं। पर ताजी ताजी खबर यह है कि एस टी एफ वालों एक अकाली आगू जसविंदर कौर तरन तारण तो जसविंदर कौर जस्सी उहदे कोलों 1 किलो 10 ग्राम हैरोइन फड़ी है। अकाली आगू लिखिया उन्होंने बड़ा व्डा व्डा तो वो फड़न तो बाद कुड़ी सी पुलिस के एस एस पी ने उन्हें सस्पेंड कर दिता। कारण की है हालांकि कह सकती है वो भी भाई मेरी तो मैनू कोई पता हूँ मम्मी की करती है तो पर नहीं मम्मी वो की करती उन्होंने सारा पता सी। वो वर्दी के जाती सी पुलिस उन्होंने जो हम रिकॉर्ड खोलिया तो पता लगा पहला भी कई बार उन्होंने मेरे ख्याल वार्निंग वगैरह दिती है लाइन हाजिर भी किया तो वो जो कोई इदा माल ताल कित देन जाना हों तो फिर वर्दी पा के तो नाल आपकी मम्मी के बह जाती सी गड़ी चला लग पी तो रोकदा रोकदा नहीं तो हूँ उन्होंने फड़ के तो केस दर्ज किया तो सुख नाल 1 किलो 10 ग्राम हैरोइन। वाह जी वाह। इदा ही सुचा सिंह लगाह साहब ने अकाली दल के जी जे पहला वाह वाह वीडियो के चर्चा च रहे हैं पूरे उन्होंने मुंडा भी प्रकाश सिंह जिहड़ा वह हैरोइन पींदा होया कित 5-7 मुंडिया ने फड़िया तो उत्ते भी केस दर्ज होया ये भी एक खबर हैरानी करने वाली है। तीजी गल भारती आप गल करते हैं भी उत्थे वैक्सीन जिहड़ी आ सब तो वध भारत विच बनती है तो सब तो पहला मेला दा भारत ने बनाई सी उत्थे सिर्फ हाले तक 2% लोगों ने वैक्सीन लवाई है और जिहड़े इहदे जिहड़े बना रहे ने सी राम दा सीईओ हैगे ने मिस्टर आधार उन्होंने हुण जोर पै रहा कहिंदा मैं धमकियां भरे आ रहे आ फटाफट सरकारां वल्लों भी फटाफट होर बनाओ तो कहिंदा मैं तो जिन्नियां बना सकदा उन्नी बनाऊंगा 26 करोड़ का वह कहिंदा जी मेरे कोल ऑर्डर है तो 15 करोड़ मैं बना के देती हाँ तो 11 करोड़ होर बना दी तो हुण हिसाब लाओ भी 26 करोड़ तो किसते कित्थे जिहड़े आपां टोटल अडल्ट की गल करिए 1 अरब 30-40 करोड़ तो 1 अरब 22 करोड़ लोग जोड़े है वो अडल्ट ने जिन्होंने लगनी जरूरी है जिन्होंने असं 18 साल तो उत्ते कहते हम हिसाब ला लो भी 26 करोड़ तो 15 करोड़ बनी है 26 करोड़ का ऑर्डर दिता तो बाकी कदों ऑर्डर जाऊ तो कदों बनू तो कदों लगू ये साढ़े मेरे भारत महान दल्ला ने जिड़िया असी साझिया करी दियाँ। चलो आप हम फटाफट चलते हैं जी अज जिन्हों के एक होर जी गल बड़ी हैरान करने वाली थोड़े सामने उतों आई होनी है सारे सामने जे कोई दुपहिया वाहन तो दो पहिया वाली गड्डी के उपर मोटरसाइकल स्कूटर के उपर नाल किसी को बिठाया होया तो उदा चलान है तो जे कार दे विच दो तो वध बंदे बैठे उन्हां दा भी चलान मास्क नहीं पाया तां चलान भी उन्हों इधरले चाहे कोविड लवाई चाहे नहीं लवाई चाहे नैगेटिव तुहाडे कोल हैगी है उहदी रिपोर्ट ते जां फिर तुहाडे कोल वैक्सीन लगी दा होना चाहिए। जबकि जो हुण चार्ज ही करदे हैगे ने तां मतलब चारे घर च ठीक ने तां ही उह कितें जा रहे ने भी एक सिस्टम उत्थों दा बिल्कुल समझ नहीं आया फिर कुट मार ये वो हत्थों पाई इन्ना ज़्यादा बुरा हाल हैगा जिहदा आपां अक्सर रोज़ वीडियो वायरल होईआं देखदे हां। चलो असी अज हुण जिहड़े असी मैं लैणा चाहुंदा अज संगीत की गल जिहड़ी करनी चाहुंदे आ ते अज भी तो भाव यह है कि पहला मैं कई बार उहनां दा जिक्र कीता हो सकदा है कीता होया कहने तो मैं एक ऐसे शायर का जिक्र मैं अज तुहाडे नाल फिर करना चाहुंदा जिहदी जीवनी जिहड़ी आ उह सभ नूं पढ़ा बिल्कुल विलक्खण उहदी जीवनी सी बड़ी छोटी उम्र सी 37 सालां जदों उहदी डैथ हो गई 1936 तों लैके 73 तक तो बहुत छोटी उम्र दे विच डैथ हो गई। लिखण की अगर गल करिए तो बिरहा विछोड़ा प्रेम निराशा रोमांटिक तो यहोजे जिन्हें भी विषय है उन्होंने पूरी दुनिया के विश्वव्यापी विषय ने उनकी कलम ने पूरी प्रचंडता दे नाल इन्हां विषयां नूं लिखिया ते नभाया। अज यह भी कारण जिक्र करन दा कि आह 6 मई आ रही है अज 3 हो गई है 6 मई नूं उन्हां दी बरसी हैगी आ 6 मई 1973 नूं उन्हां दी डैथ होई सीगी। समझ गए हुण साडे दर्शक बड़ा पिंड लोटिया दा जंपल पाकिस्तान दा शिव कुमार बटालवी क्योंकि शिव कुमार बटालवी वर्गे शायरां दी गल जिन्नी कर लो उन्नी थोड़ी है चंगा पक्ष जिहड़ा उन्हां दा हैगा कोई माड़ा पक्ष भी होगा थोड़ा बहुत जिहड़ा कुछ दर्शकां नूं नहीं चंगा लगता
पर चंगे पक्ष की गल करिए चंगा पक्ष जिहड़ा उन्हां दा बहुत वड्डा प्लस पॉइंट यह सी कि इन्नी छोटी उम्र इन्ना नामना कटना इन्ना वधिया लिखना। पहली जो बुक आई है पीड़ा का परागा कहिंदे वी उह किसे मैना सी बुक का नाम मैना उहदा मैना दी कविता सी उहदे च ते उह कहिंदे कहा जांदा वी मीना दे नां ते किसे लिखी जांदी चलो आपां हुण की पता आपां कहड़ा उदों कोड सी जिहड़ा कि लिखता आपां उह पढ़ दिंदे आ पर पीड़ा का परागा जदों आई है पहली किताब तो उदों ही वह वड्डे नामवार शायरां दी गिणती विच आउण लग पिया सीगा। सो शिव कुमार बटाली दीआं गल्लां जिहड़ियां ताज़ा करांगे उहनां दीआं यादां उहनां दे परिवार दीआं गल्लां जे कोई जाणदा है साढ़े बहुत सारे दर्शक उहनां नूं परिवारक तौर पर भी जाणदे होणगे मिले गले भी होणगे। सो अज एक बार फिर आपां शिव कुमार बटालवी दे गीत तुहाडे नाल सांझे करने आ ते शिव कुमार बटालवी दीआं गल्लां करनियां। इह असीं जिक्र पहलां वी कर चुके पाकिस्तान दे विच उहनां दा जन्म होया सीगा ते उदू बाद 1947 तो बाद उना दे फादर साहब जिहड़े सीगे वो आके इत्थे बटाले इत्थे आ गए तहसीलदार सीगे फादर साहब उना दे वो भी चाहे भी चाहुंदे सी वी इह भी तहसीलदार बने पर जो होना हुंदा जो कहिंदे वी करमां च लिखिया कह लो चाहे जो चक्कर जिहड़ा चलदा उहदे हिसाब नाल कम करना पैंदा ते तहसीलदार सीगे ते फिर पढ़ाई भी लिखाई भी जिहड़ी आ उहो मुढ़ली ते बटाले ही होई आ ते उदू बाद इहनां ने हिमाचल दे विच वी जाके डिग्री जिहड़ी हासिल कीती आ जिथे भी दसदे उत्थे भी दसदे ने भी एक तो गल जी हैगी है कोई बंदे होंगे ऐसी तबीयत के अजक भी होंगे ऐसी गल नहीं कि अजक नहीं होंगे ऐसी तबीयत के बंदे होंगे भी जो जिते जाते उत्थे कोई ना कोई पेचा पा के लें पा के रखते हैं या पा ही लेंगे ने पेचा जब पै जाता उन्हों की शख्सियत ही ऐसी होंगी उन्होंने देखी ऐसी होंगी है जिन्ना मर्जी वो बचन चाहे जिन्ना मर्जी ना कोई गलबात हो तो कितने ना कितने यहोजा सुभाव बन जाता। हिमाचल का भी कहें यही सुभाव से भी इदा का ही कोई सगा कोई उत्थे प्यार पेचा ही सगा तो उत्थे वो गए थे तो उदू बाद उन्होंने बहुत सारे गीत लिखे आ तो गीतों की गल करिए मैं काफ़ी गीत उन्होंने तुहाडे नाल पहलां सांझे कीते ने पर मेरी कोशिश यह होंदी है भी मैं जो भी कोई प्रोग्राम करा किसी भी इस महान हस्ती का तो दोबारा वो गीत रिपीट ना करिए नवे गीत कोई ना कोई तुहाडे नाल सांझे करिए। सो पहला गीत जिहड़ा मैं तुहाडे नाल सांझा करना चाहुंदा जी वो हैगा जी कबरां उड़ीकदियां ज्यों पुत्रां नूं मावां सिखर दुपहर सिर ते मेरा ढल चलिया परछावां। और गीत की डूंघाई देखिए तो बहुत डूंघाई गीत बहुत डूंघाई है बहुत सारे कलाकारों ने गाया बहुत सारे गायकों ने इस गाया है। आसा सिंह मस्ताना की गल करिए जगजीत सिंह होना की गल करिए महेंद्र कपूर की गल करिए बहुत सारे गायकों ने यह गीत गाया। ब्रेक तो बाद एक बार फिर मैं हाजिर हाँ जी जगतार सिंह तो नाल गल चल रही है शिव कुमार बटालवी साहब की तुम भी अपना योगदान पा सकते हो गीत कोई सुनना चाहते हो असं कोशिश करा जरूर गीत भी सुना की तो आप गल करिए पंडित गोपाल कृष्ण जी उन्होंने पिता जी से ते माता शांति देवी उन्होंने माता जी सके तो बहुत गाने जोड़े है उन्होंने साढ़े देखने आए ने बहुत सारे गीत सुने ने की पुछते हो हाल फकीर का वह भी मैं लैके आया जो कि शिव कुमार बटालवी की आवाज़ ही हैगा। उस तो बिना अगर गल करिए बहुत गीत ऐसे ने जिन्हें सानू उम्मीद ही नहीं कि शिव कुमार बटालवी देखे होंगे बिल्कुल बीट वाले गीत है या गीत एक होर मैं बड़ा वधिया लगता उन्होंने जो मेरी अर्थी उठा के चलन सारे यार हम हमा के चलणगे ये मैं तुहाडे नाल पहलां सांझा कर चुका ये अज मैं नहीं करूँगा तो होर जिहड़े गीत उन्हां दे कोशिश असीं करांगे कि काफ़ी जिहड़ियां उन्हां दी किताबां भी आईयां और सब तो जबरदस्त किताब जिहड़ी सी जबरदस्त रचना जिहड़ी सी संग्रह जिहड़ा सी ओह सी लूणा। तुहानूं पता लूणा नूं ने एक वक्रे ढंग दे नाल पेश कीता सीगा लूणा दा करैक्टर जिहड़ा एक वक्रा पेश कीता सी जिहड़ा कि बहुत चर्चा का विषय बनया सी उहदे ते फिर प्ले भी बने सी उहदे ते एक्ट भी बहुत किए गए बहुत सारा उत्ते कम भी होया असीं नाल नाल कॉल लैणे ते नाल नाल तुहाडियां गल्लां जिहड़ियां आपां तुहाडे नाल करांगे। हैलो जी सत श्री अकाल तुसीं आउंदे हो जी घुमण साहब। सत श्री अकाल जी। जी घुमण साहब ठीक ठाक हो जी। शिव कुमार बटालवी जी बड़ा महान पंजाबी दा कवि होया। बिल्कुल जी। और मैं तुहानूं दसणा चाहुंदा कि मैं भी बटाले तों बटालिया नूं बिलोंग करना असीं बटाले ही रहिंदे आ। अच्छा जी। मैं उन्हां नूं अक्खी वेख्या जी। अच्छा 1973 दे विच मेरे ख्याल उहदा ही डैथ होई है जदों उदों पहलां तुसीं उत्थे सीगे। हां बिल्कुल उत्थे सीगा मैं उत्थे उत्थे साडा पिंड लग गया ते हुण असीं वैसे बटाले रहिंदे आ ते उहनां नूं गाउंदिआं सुणिआ। अच्छा जी गाउंदिआं वी सुणिआ। वाह जी उह असीं सोझ भरी आवाज़ तुसीं हुण गीत उहदा लाया सीगा ते उह सोझ भरी आवाज़ सी। हाँ जी हाँ जी बहुत जी श्रोतियां नूं वधाई का धूप आ रहिंदा दिल नूं धूप पाउण वाली आवाज़ सी जी। जी ते तुसीं फिर जदों स्टेज ते आउंदे सी फिर दूसरे जिहड़े कवि जन सीगे जां होर सीगे उहनां नूं लोक
ਕਾਟੀ ਸੁਣਨਾ ਪਸੰਦ ਕਰਦੇ ਸੀ। ਤੇ ਘੁੰਮਣ ਸਾਹਿਬ ਤੁਸੀਂ ਉਹਨਾਂ ਨੂੰ ਮਿਲੇ ਵੀ ਹੋਵੋਗੇ ਤੇ ਗੱਲਾਂ ਬਾਤਾਂ ਵੀ ਹੋਈਆਂ ਕਦੇ ਜਾਂ ਸਿਰਫ ਗਾਉਂਦੇ ਹੀ ਸੁਣਿਆ? ਗਾਉਂਦਿਆਂ ਸੁਣਿਆ ਹੋਇਆ ਸੀ, ਮੈਂ ਉੱਦਾਂ ਵੀ ਇੱਕ ਦੋ ਵਾਰੀ ਵੇਖਿਆ, ਪਰ ਉਹ ਅਖੀਰ ਤੇ ਜ਼ਿਆਦਾ ਪੀਣ ਪੂਣ ਲੱਗ ਪਏ ਸੀਗੇ। ਹਾਂਜੀ, ਤੇ ਉਸ ਹਾਲ ਚ ਵੀ ਵੇਖਿਆ, ਪਰ ਗਾਉਂਦਿਆਂ ਮੈਂ ਸੁਣਿਆ। ਹਾਂਜੀ, ਇਹ ਦੇਖੋ ਜੀ, ਸਿਆਣੇ ਕਹਿੰਦੇ ਵੀ ਜਿੱਥੇ ਬੰਦਾ ਬਹੁਤ ਸਾਰੇ ਰੱਬ ਗੁਣ ਦਿੰਦਾ ਬੰਦੇ ਨੂੰ, ਉੱਥੇ ਕੋਈ ਨਾ ਕੋਈ ਇੱਕ ਅੱਧਾ ਔਗਣ ਵੀ ਸਾਈਡ ਦੇ ਨਾਲ ਰੱਖਣ ਦੇ ਕੋਨੇ ਜਿਹੇ 'ਚ। ਹਾਂਜੀ 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 ਜੀ। ਅਤੇ ਇਹਨਾਂ ਦੇ ਪਰਿਵਾਰ ਨੂੰ ਵੀ ਤੁਸੀਂ ਮਿਲੇ ਕਦੇ? ਅਰੁਣਾ ਜੀ ਇਹਨਾਂ ਦੀ ਪਤਨੀ, ਪਰਿਵਾਰ ਨੂੰ ਵੀ ਮਿਲਣ ਦਾ ਸਭ ਬਣਿਆ? ਮਿਲੇ ਤਾਂ ਨਹੀਂ, ਪਰ ਉਹਨਾਂ ਦੇ ਦੋ ਬੇਟੇ ਹੁਣ ਚੰਡੀਗੜ੍ਹ ਰਹਿੰਦੇ ਨੇ ਜੀ, ਉਹ ਵੈਸੇ ਬਟਾਲੇ ਤੋਂ ਚਲੇ ਗਏ ਨੇ। ਹਾਂਜੀ, ਮੈਂ ਇੱਕ ਗੱਲ ਤੁਹਾਡੇ ਨਾਲ ਥੋੜ੍ਹੀ ਜਿਹੀ ਸਾਂਝੀ ਕਰਨੀ ਚਾਹੁੰਦਾ ਜੀ। ਜ਼ਰੂਰ। ਮੈਂ ਉਹ ਬਟਾਲੇ ਜਿਹੜਾ ਤਾਂ ਮੱਲਾ ਕਿ ਨਹੀਂ, ਹੁਣ ਸ਼ਿਵ ਕੁਮਾਰ ਬਟਾਲਵੀ ਦੇ ਨਾਂ 'ਤੇ ਵੱਜਦਾ। ਅੱਛਾ ਜੀ, ਵਾਹ ਜੀ ਵਾਹ, ਚਲੋ। ਹਾਂ, ਉਹਦੇ ਨਾਂ 'ਤੇ ਹੀ ਮੱਲਾ ਵੱਜਦਾ, ਪਹਿਲਾਂ ਹੋਰ ਨਾਂ ਸੀ ਕੋਈ ਮੁਸਲਮਾਨ ਦੇ ਨਾਂ 'ਤੇ ਹੀ, ਅਤੇ ਹੁਣ ਸ਼ਿਵ ਕੁਮਾਰ ਬਟਾਲਵੀ। ਔਰ ਫਿਰ ਉੱਥੇ ਇੱਕ ਥੀਏਟਰ ਬਣਿਆ, ਮਤਲਬ ਕਿ ਉਹ ਵੀ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਲਈ ਹੈ। ਔਰ ਉੱਥੇ ਪ੍ਰੋਗਰਾਮ, ਮਤਲਬ ਕਿ ਇੱਦਾਂ ਹੀ ਕਵੀ ਦਰਬਾਰ ਵਗੈਰਾ ਉੱਥੇ ਹੁੰਦੇ ਰਹਿੰਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਚਲੋ ਜੀ, ਬੜੀ ਜਾਂਚ ਬਣੇ ਹੋਏ ਨੇ। ਹਾਂਜੀ, ਬੜਾ ਚੰਗਾ ਲੱਗਿਆ ਜੀ। ਵੈਸੇ ਚੰਡੀਗੜ੍ਹ ਵੀ ਕਾਫੀ ਰਿਹਾ ਜਦੋਂ ਹੁੰਦਾ ਸੀਗਾ, ਚੰਡੀਗੜ੍ਹ ਦੇ ਵਿੱਚ ਕਾਫੀ ਰਹਿਣ ਬਹਿਣ ਉੱਠਣ ਸੀਗੀ ਬਹੁਤ ਸਾਰੇ ਬੰਦਿਆਂ ਨਾਲ। ਫਿਰ ਚੰਡੀਗੜ੍ਹ ਨੂੰ ਇਹ ਪੱਥਰਾਂ ਦਾ ਸ਼ਹਿਰ ਕਹਿੰਦੇ ਸੀ, ਵੀ ਇਹ ਲੋਕ ਵੀ ਪੱਥਰ ਦੇ ਨੇ ਅਤੇ ਸ਼ਹਿਰ ਵੀ ਪੱਥਰਾਂ ਦਾ ਹੈਗਾ। ਹਾਂਜੀ ਹਾਂਜੀ ਜੀ। ਅਤੇ ਬੈਂਕ ਦੇ ਵਿੱਚ? ਹਾਂਜੀ ਹਾਂਜੀ, ਬੈਂਕ ਦੇ ਵਿੱਚ ਲੱਗਾ ਰਿਹਾ ਪੀ ਆਰ ਓ। ਹਾਂਜੀ, ਅਤੇ ਬਹੁਤ ਮਤਲਬ ਸੋਹਣਾ ਸੀਗਾ, ਉਹਦੇ ਵੀ ਸਰੀਰ ਦਾ ਦੇਖਣ ਨੂੰ ਹੀ ਬਹੁਤ ਪਿਆਰਾ ਜਿਹਾ ਲੱਗਦਾ ਸੀਗਾ। ਹਾਂਜੀ, ਹਾਈਟ ਹੂਟ ਵੀ ਸੋਹਣੀ ਸੀਗੀ ਅਤੇ ਵੈਸੇ ਵੀ ਸੁਨੱਖਾ ਸੀ। ਵੱਡੀ ਗੱਲ ਇਹ ਸੀ ਕਿ ਉਹ ਉਹਦੀ ਆਵਾਜ਼ ਵਿੱਚ ਬੜੀ ਖਿੱਚ ਸੀ, ਸੋਚ ਬੜੀ ਆਵਾਜ਼ ਸੀਗੀ ਜੀ। ਬਿਲਕੁਲ ਬਿਲਕੁਲ। ਚਲੋ ਜੀ, ਇੱਕ ਗੱਲ ਹੋਰ ਮੈਂ ਸਾਂਝੀ ਕਰਨਾ ਚਾਹੁੰਦਾ ਜੀ, ਕਿ ਉਹ ਉਹਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ, ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਆਟਲੀ, ਅਤੇ ਲੂਣਾ। ਲੂਣਾ ਜਿਹੜੀ ਕਿਤਾਬ ਸੀ ਕਿ ਨਹੀਂ ਕਵੀ ਦੀ, ਉਹ 1967 ਈਸਵੀ ਨੂੰ ਉਹਨੂੰ ਲੂਣਾ ਕਾ ਨਾਟ ਉਹ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ। ਹਾਂਜੀ, 1967 'ਚ। ਹਾਂਜੀ ਹਾਂਜੀ, ਸ਼ਿਵ ਕੁਮਾਰ ਦੀ ਲੂਣਾ ਕਹਿੰਦੀ ਆ, ਚਰਿੱਤਰ ਹੀਣ ਦੇ ਤਾਂ ਕੋਈ ਆਖੇ, ਜੇਕਰ ਲੂਣਾ ਵੇਚੇ ਹਾਸੇ, ਪਰ ਜੇ ਹਾਂ ਨਾ ਲੱਭਣ ਮਾਪੇ, ਹਾਂ ਲੱਭਣ ਵਿੱਚ ਗੱਲ ਕੀ ਅਪਮਾਨ ਦੀ। ਫਿਰ ਇਹਦੇ ਵਿੱਚ ਉਹਨੇ ਲੂਣਾ ਦੀ ਬਹੁਤ ਮਤਲਬ ਕਿ ਜਿੱਦਾਂ ਨਾ ਉਹਨੂੰ ਬਹੁਤ ਵਡਿਆਇਆ। ਹਾਂਜੀ ਬਿਲਕੁਲ, ਉਦੋਂ ਉਦੋਂ ਮਤਲਬ ਕਾਫੀ ਕਾਫੀ ਵਿਰੋਧ ਵੀ ਹੋਇਆ ਸੀ ਇਹਨਾਂ ਦਾ, ਕਹਿੰਦੇ 1967 ਦੇ ਵਿੱਚ ਹੋਇਆ ਨਾ, ਕਿ ਉਹ ਕਹਿੰਦੇ ਕਿ ਇਹਨਾਂ ਨੇ ਇੱਕ ਪਾਸਿਆਂ ਦੀ ਗੱਲ ਕੀਤੀ ਹੈ। ਪਰ ਗੱਲ ਸਹੀ ਕੀਤੀ, ਬਿਲਕੁਲ ਗੱਲ ਸਹੀ ਕੀਤੀ ਜੀ, ਬਿਲਕੁਲ ਜੀ। ਸੇ ਉਹਨੂੰ ਲੂਣਾ ਨੂੰ ਸੈਕਸ ਦੇ ਪ੍ਰਤੀਕ ਹੀ ਦੱਸਿਆ, ਮਤਲਬ ਕਿ ਜਿਹੜਾ ਕਸੂਰਵਾਰ ਅਸਲੀ ਜਿਹੜਾ ਸੀਗਾ ਉਹ ਸਲਮਾਨ ਸੀਗਾ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ। ਔਰ ਕੀ ਦੋਸ਼ ਸੀ ਲੂਣਾ ਦਾ? ਇਹ ਵੀ ਲੂਣਾ ਦਾ ਕੋਈ ਦੋਸ਼ ਨਹੀਂ, ਉਹ ਜਿਹੜਾ ਸੀ ਉਹ ਦੇਖੋ ਨਾ ਅਮੀਰ, ਉਦੋਂ ਜਦੋਂ ਦੋ ਦੋ ਤਿੰਨ ਤਿੰਨ ਵਿਆਹ ਕਿੰਨੇ ਕਿੰਨੇ ਰਾਜੇ ਦੇ ਕਈ ਵਿਆਹ ਕਰਾਉਂਦੇ ਹਨ ਜੀ, ਇਸ ਲਈ ਉਹਦੇ ਸਿਰ ਉਹ ਸਾਨੂੰ ਵਰਤਦੇ ਹਨ, ਤੇ ਉਹ ਇਸ ਲਈ ਇਹਦੀ ਆਲੋਚਨਾ ਵੀ ਹੋਈ। ਪਰ ਬਹੁਤ ਮਿਹਰਬਾਨੀ ਘੁੰਮਣ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ, ਖਾਸ ਤੌਰ ਤੇ ਸ਼ਿਵ ਕੁਮਾਰ ਬਟਾਲੀ ਸਾਹਿਬ ਦੇ ਸ਼ਹਿਰ ਤੋਂ। ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਵਧੀਆ ਗੱਲ ਕੀਤੀ। ਔਰ ਇੱਕ ਵਾਰੀ ਦੱਸਦੇ ਨੇ ਕਿਸੇ ਦੋਸਤ ਦੇ, ਇਹਨਾਂ ਦੇ ਸ਼ਾਇਦ ਗੁਲਜ਼ਾਰ ਸੰਧੂ ਹੈਗੇ ਨੇ ਜਿਹੜੇ ਇਹਨਾਂ ਨਾਲ ਰਹੇ ਨੇ, ਉਹਨਾਂ ਨੇ ਆਪਦੇ ਉੱਤੇ ਲਿਖਿਆ ਸੀਗਾ ਕਿ ਮੈਂ ਬਟਾਲੇ ਗਿਆ ਸੀ, ਰਿਕਸ਼ੇ ਦੇ ਵਿੱਚ ਅਸੀਂ ਜਾ ਰਹੇ ਸੀਗੇ ਠੇਕੇ ਨੂੰ, ਅਤੇ ਰਿਕਸ਼ੇ ਵਾਲੇ ਨੂੰ ਪੁੱਛਿਆ ਵੀ ਇੱਥੇ ਬਟਾਲੇ ਦੇ ਵਿੱਚ ਦੇਖਣ ਵਾਲੀ ਕਿਹੜੀ ਚੀਜ਼ ਆ ਕੋਈ, ਅਤੇ ਉਹ ਕਹਿੰਦਾ ਜੀ ਇੱਥੇ ਇੱਕ ਸ਼ਿਵ ਕੁਮਾਰ ਬਟਾਲਵੀ ਹੈ, ਉਹ ਬਹੁਤ ਵਧੀਆ ਗਾਉਂਦਾ ਲਿਖਦਾ, ਬਹੁਤ ਵਧੀਆ, ਉਹ ਉਹਨੂੰ ਸਾਰੇ ਜਾਣਦੇ ਨੇ, ਸ਼ਿਵ ਕੁਮਾਰ ਬਟਾਲਵੀ ਦੇ ਨਾਂ ਨਾਲ ਬਟਾਲੇ ਨੂੰ ਜਾਣਦੇ ਨੇ। ਸੋ ਇਸ ਕਰਕੇ ਉਹਨੂੰ ਕਹਿੰਦਾ ਬੜਾ ਵਧੀਆ ਲੱਗਿਆ ਮੈਨੂੰ ਜਦੋਂ ਇੱਦਾਂ ਕਿਸੇ ਨੇ ਕਿਹਾ ਵੀ ਇਹੀ ਮੇਰੀ ਪੂੰਜੀ, ਇਹੀ ਮੇਰੀ ਖੱਟੀ ਹੈਗੀ ਆ। ਗੀਤ ਇੱਕ ਸਾਂਝਾ ਕਰਦੇ ਜੀ ਉਹਨਾਂ ਦਾ, ਕੇ ਦੀਪ ਨੇ ਗਾਇਆ ਹੋਇਆ ਜਿਹੜਾ, ਮਾਏ ਨੀ ਮਾਏ ਮੇਰੇ ਨੈਣਾ, ਗੀਤਾਂ ਦੀਆਂ ਨੈਣਾਂ ਵਿੱਚੋਂ,
बिरहो दी रड़क पवे। बिरहा तू सुल्तान उन्हां दी भी कव आई सी किताब, पर ये बिरहो दा सुल्तान किसी ने फिर बाद दे विच किताब उन्होंने दिता सी, बिरहो दा सुल्तान जिहड़ा हैगा उस शिव कुमार बटालवी हैगा। तो बाकी अगर गल करिए तो काफ़ी उन्होंने जिहड़े संग्रह जिवें दसे सीगे कुमार साहब ने आए ने, तो आखिरी संग्रह जिहड़ा 1971 दे विच आया सी मैं ते मैं, वो कहिंदे वह जिहड़ा सी संग्रह उन्होंने अपनी पत्नी अरुणा बटालवी नूं समर्पित किया सी, उहदे नां ते उह संग्रह कढ़िया सीगा। तो उस तो बाद फिर वैसे अगर गल करिए काफ़ी आए ने संग्रह, गुरु नानक देव यूनीवर्सिटी वाले ने भी काफ़ी कढ़े सी, एक बिरहड़ अलविदा असा ते जोबन रुत्ते मरना, ये मेरे ख्याल 1973 दे विच उन्हां दी डैथ हुई है, तो यह 75-76 दे विच काफ़ी किताबां जिहड़ियां अणछपियां सी वो बाद दे विच मार्केट दे विच आईयां। तो परिवारक अगर गल करिए परिवार के तौर पर आपां नूं पता ही है, जिवें दस्सिया वी दो उन्हां दे बेटे सी हैगे ने, तो पत्नी जिहड़ी है वह भी हैगी आ। ਗੱਲਾਂ ਬਾਤਾਂ ਸਿਲਸਿਲਾ ਇਸ ਤਰ੍ਹਾਂ ਅਸੀਂ ਜਾਰੀ ਰੱਖਾਂਗੇ ਤੁਹਾਡੇ ਨਾਲ, ਅਤੇ ਨਾਲ ਦੀ ਨਾਲ ਜਿਹੜਾ ਹੈਗਾ ਅਗਲਾ ਪ੍ਰੋਗਰਾਮ ਉਹ ਵੀ ਜਾਰੀ ਰੱਖਾਂਗੇ। ਕਾਲਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ, ਕਾਲ ਕਰਕੇ ਤੁਸੀਂ ਆਪਣਾ ਕੋਈ ਵੀ ਗੱਲਬਾਤ ਜਿਹੜੀ ਹੈਗੀ ਸ਼ਿਵ ਕੁਮਾਰ ਬਟਾਲਵੀ ਸਾਹਿਬ ਬਾਰੇ ਸਾਨੂੰ, ਵੈਸੇ ਆਉਂਦੀਆਂ ਨੇ ਕਈ ਵਾਰੀ ਫੋਨ ਕਾਲ ਜਾਂ ਮੈਸੇਜ ਆਉਂਦੇ ਨੇ ਵੀ ਸ਼ਿਵ ਕੁਮਾਰ ਬਟਾਲਵੀ ਦਾ ਜਾਂ ਇਹੋ ਜਿਹੇ ਹੋਰ ਸ਼ਾਇਰ ਹੋਏ ਨੇ ਜਾਂ ਸੰਗੀਤਕਾਰ ਜਿਹੜੇ ਹੋਏ ਨੇ ਜਿਨ੍ਹਾਂ ਦਾ ਨਾਮ ਇਸ ਲੈਵਲ ਤੱਕ ਹੈਗਾ ਵੀ ਉਹਨਾਂ ਨੂੰ ਤੁਸੀਂ ਗਾਹੇ ਵਗਾਹੇ ਜ਼ਰੂਰ ਯਾਦ ਕਰਦੇ ਰਿਹਾ ਕਰੋ। ਸੋ ਅੱਜ ਅਸੀਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੂੰ ਯਾਦ ਕਰਦੇ ਹਾਂ। ਇਹ 23 ਜੁਲਾਈ 1936 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ, ਅਤੇ ਅਸੀਂ ਗੱਲ ਕਰੀਏ ਤਾਂ 6 ਮਈ 1973 ਨੂੰ ਇਹਨਾਂ ਦੀ ਡੈਥ ਹੋਈ ਸੀ। ਡੈਥ ਦੀ ਵੀ ਗੱਲ ਲੱਗਦੇ ਹੱਥ ਕਰਦੇ ਜਾਈਏ, ਚੰਡੀਗੜ੍ਹ PGI ਵਿੱਚ ਐਡਮਿਟ ਸੀਗੇ ਉਦੋਂ ਪਹਿਲਾਂ, 1972 ਦੀ ਚੱਲਦੇ ਥੋੜ੍ਹੇ ਇੱਕ ਸਾਲ ਪਿੱਛੇ ਚੱਲਦੇ ਹਾਂ। 1972 ਦੇ ਵਿੱਚ ਕਹਿੰਦੇ ਉਹ ਇੰਗਲੈਂਡ ਆਏ ਸੀਗੇ, ਅਤੇ ਇੰਗਲੈਂਡ ਦੇ ਵਿੱਚ ਉਹਨਾਂ ਨੇ ਜਦੋਂ ਬਹੁਤ ਸਾਰੇ ਯਾਰ ਦੋਸਤ ਐਸੇ ਸੀਗੇ, ਇੱਕ ਦਾਰੂ ਪਿਆਤੀ ਅਤੇ ਗਾਣੇ ਗਾਉਣ ਲਾ ਦਿੱਤਾ, ਸਾਰੀ ਸਾਰੀ ਰਾਤ ਮਹਿਫਲਾਂ ਚੱਲਦੀਆਂ ਸੀਗੀਆਂ, ਉਦੋਂ ਕਿਤੇ ਜ਼ਿਆਦਾ ਹੋ ਗਏ ਔਰ ਉਹਦੀ ਪ੍ਰੋਬਲਮ ਜ਼ਿਆਦਾ ਸ਼ੁਰੂ ਹੋ ਗਈ। ਇਹ ਮੇਰੇ ਖਿਆਲ ਗੱਲ ਹੈਗੀ ਹੈ 72 ਦੇ 72 ਦੇ ਐਂਡ ਦੀ, ਸਤੰਬਰ ਅਕਤੂਬਰ ਦੀ ਗੱਲ ਹੈ। ਉਦੋਂ ਬਾਅਦ ਫਿਰ ਇੰਡੀਆ ਚਲ ਗਿਆ ਅਤੇ ਫਿਰ ਬਿਮਾਰ ਹੀ ਰਹੇ, ਉਹ PGI ਕਾਫੀ ਦੇਰ ਦਾਖਲ ਰਹੇ ਆ, ਅਤੇ ਉਸ ਤੋਂ ਬਾਅਦ ਜਦੋਂ ਪਿੰਡ ਚਲ ਗਏ ਸੀ ਆਪਣੇ ਸਹੁਰਾ ਪਿੰਡ ਜਿਹੜਾ ਮੰਗਿਆਲ ਪਿੰਡ ਦੀ ਗੱਲ ਕਰਦੇ ਹਾਂ ਅਸੀਂ, ਉਹ ਸਹੁਰਾ ਪਿੰਡ ਉਹਨਾਂ ਦਾ ਸੀਗਾ, ਉੱਥੇ ਜਾ ਕੇ ਉਹਨਾਂ ਦੀ ਉਹ ਡੈਥ ਹੋਈ ਸੀਗੀ। ਇੱਕ ਬ੍ਰੇਕ ਲੈ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਜੁੜਾਂਗੇ, ਅਤੇ ਮੈਂ ਬਾਕੀ ਗੀਤ ਭਾਵੇਂ ਚੇਂਜ ਕਰਤੇ ਪਰ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਆਪਣੀ ਆਵਾਜ਼ ਦੇ ਵਿੱਚ ਜਿਹੜਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਜਿਹੜੇ BBC ਲੰਡਨ ਨੂੰ ਬਹੁਤ ਦੇਰ ਪਹਿਲਾਂ ਉਹਨਾਂ ਨੇ ਇੰਟਰਵਿਊ ਦਿੱਤੀ ਸੀਗੀ, ਅਤੇ ਹਿੰਦੀ ਦੇ ਵਿੱਚ ਸੀਗਾ, ਅਤੇ ਉਹ ਪੰਜਾਬੀ ਦੇ ਵਿੱਚ ਗੀਤ ਤਾਂ ਉਹਨਾਂ ਨੇ ਪੰਜਾਬੀ 'ਚ ਗਾਇਆ। ਉਹ ਗੀਤ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰੂੰਗਾ, ਸਮਾਂ ਬਚਿਆ ਤਾਂ। ਫਿਲਹਾਲ ਮੈਂ ਇੱਕ ਬ੍ਰੇਕ ਲੈਂਦੀ ਹਾਂ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹੈ ਜੀ, ਇੱਕ ਵਾਰ ਫਿਰ ਤਾਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਨਾਲ ਦੀ ਨਾਲ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਜਿਹੜੀ ਗੱਲ ਚੱਲ ਰਹੀ ਹੈ ਅਤੇ ਉਹਦੇ ਬਾਰੇ ਜ਼ਿਕਰ ਕਰ ਰਹੇ ਹਾਂ, ਅਤੇ ਬਹੁਤ ਸਾਰੇ ਦਰਸ਼ਕ ਸਾਨੂੰ ਕਹਿੰਦੇ ਨੇ ਕਿ ਉਹਨਾਂ ਦੀ ਗੱਲ ਕਰਿਆ ਕਰੋ। ਗੀਤਾਂ ਦੀ ਗੱਲ ਕਰੀਏ ਤਾਂ ਸੁਰਿੰਦਰ ਕੌਰ ਜੀ ਨੇ ਗੀਤ ਜਿਹੜਾ ਗਾਇਆ ਸੀਗਾ ਉਹ ਵੀ ਇੱਕ ਵੱਖਰਾ ਰੰਗ ਸੀ, ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ, ਅਤੇ ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਚੂਰੀ ਕੁੱਟਾ ਅਤੇ ਉਹ ਖਾਂਦਾ ਨਹੀਂ ਹੋ, ਇਹ ਤੁਹਾਡੇ ਨਾਲ ਪਹਿਲਾਂ ਸਾਂਝਾ ਵੀ ਕੀਤਾ ਸੀ ਗੀਤ। ਇਹ ਵੀ ਗੀਤ ਦੱਸਦੇ ਨੇ ਵੀ ਕੋਈ ਸ਼ਿਕਰਾ ਯਾਰ ਜਿਹੜਾ ਉਹਨਾਂ ਨੇ ਬਣਾਇਆ ਸੀ ਉਹ ਉੱਥੋਂ ਇੰਡੀਆ ਤੋਂ ਉਡਾਰੀ ਮਾਰ ਕੇ ਬਾਹਰਲੇ ਮੁਲਕਾਂ 'ਚ ਆ ਗਏ ਸੀ, ਅਤੇ ਉਦੋਂ ਬਾਅਦ ਕਹਿੰਦੇ ਇਹ ਗੀਤ ਲਿਖਿਆ ਸੀ। ਇਹਦੇ ਪਿੱਛੇ ਸੱਚਾਈ ਕਿੰਨੀ ਕੁ ਆ ਕਿੰਨੀ ਕੁ ਨਹੀਂ ਇਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ, ਕਾਲਾਂ ਦਾ ਸਿਲਸਿਲਾ ਜ਼ਰੂਰ ਸ਼ੁਰੂ ਕਰ ਸਕਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ ਜੀ, ਸਰਦਾਰ ਜਗਤਾਰ ਸਿੰਘ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ, ਅਤੇ ਮੇਰੇ ਪਿਆਰੇ ਪਿਆਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਅੱਛਾ, ਸਾਡੇ ਤਾਂ ਇੱਥੇ ਮੇਰੇ ਦੋਸਤਾਂ ਮਿੱਤਰਾਂ ਦੇ ਵਿੱਚ ਤੇ ਉਹਨਾਂ ਦੇ ਘਰਾਂ ਦੇ ਵਿੱਚ ਮੇਰੇ ਘਰ ਦੇ ਵਿੱਚ ਵੀ ਕੱਲ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਅੱਛਾ ਜੀ। ਹਾਂਜੀ, ਮੇਰੇ ਭੈਣਾਂ ਭਰਾਵਾਂ ਦੇ ਸਾਰਿਆਂ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਕਾਰਨ ਵੈਸੇ ਮੈਂ ਤਾਂ ਸਮਝ ਗਿਆ, ਤੁਸੀਂ ਵੀ ਦੱਸ ਦਿਓ। ਹਾਂਜੀ, ਤੇ ਮੈਂ ਵੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਦੋਸਤਾਂ ਮਿੱਤਰਾਂ ਵੱਲੋਂ ਮੇਰੇ ਦੋਸਤਾਂ ਨੇ ਵੀ ਕਿਹਾ ਵੀ ਸਾਨੂੰ ਜਗਤਾਰ ਸਿੰਘ ਜੱਗੀ ਦੇ ਪ੍ਰੋਗਰਾਮ ਤੇ ਕਹਿ ਦੀ, ਤੇ ਸਾਰਿਆਂ ਵੱਲੋਂ ਮਮਤਾ ਬੈਨਰਜੀ ਜਿਹਨੂੰ ਅਸੀਂ ਭੈਣ ਕਹਿ ਕੇ ਬੁਲਾਉਂਦੇ ਹਾਂ। ਦੀਦੀ ਮਸ਼ਹੂਰ ਹੈ ਨਾਮ ਉਹਨਾਂ ਦੀਦੀ। ਦੀਦੀ ਤਾਂ ਜੀ ਦੇਖੋ ਫਿਰ ਜੋ ਨਰਿੰਦਰ ਮੋਦੀ ਨੇ ਕਿਹਾ ਜੀ ਉਹ ਦੀਦੀ ਉਹ ਦੀਦੀ ਇਹ ਨਾ ਜੀ ਮੈਨੂੰ ਮੈਨੂੰ ਧੀਰ ਸਾਹਿਬ ਮੈਨੂੰ ਜਮਾ ਹੀ ਨਾ ਐਂ ਲੱਗਣ ਲੱਗ ਪਿਆ ਜਿਵੇਂ ਅਮਰੀਸ਼ ਪੁਰੀ ਨੀ ਕਿਸੇ ਫਿਲਮ ਦੇ ਵਿੱਚ ਵਿਲਨ ਹੁੰਦਾ। ਹਾਂਜੀ, ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੇਖੋ ਜੇ ਕੋਈ ਬੰਦਾ ਨਾ ਆਪਣੇ ਆਪ ਨੂੰ ਬਹੁਤਾ ਹੀ ਹੰਕਾਰੀ ਹੋ ਜਾਵੇ, ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਸਿੰਪਲ ਰੁੱਖ ਸਰਾਇਰਾ ਅਤਿ ਦੀਰਘ ਅਤਿ ਮੁੱਚ
ਓਏ ਜੀ ਆਵੇ ਆਸ ਕਰ ਜਾਏ ਮੇਰਾ ਸੇ ਘੱਟ ਫਲ ਫਿੱਕੇ ਫੁੱਲ ਵੱਕ ਵੱਕੇ ਕੰਮ ਨਾ ਆਵੇ ਪੱਤ ਮਿਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤੱਤ ਬਿਲਕੁਲ ਜੀ ਤੇ ਮੋਦੀ ਬਹੁਤ ਜ਼ਿਆਦਾ ਹੰਕਾਰ ਗਿਆ ਸੀ ਤੇ ਬਹੁਤ ਮਾੜਾ ਹੋਲਡ ਰੱਖੋ ਮਾੜਾ ਹੋਲਡ ਰੱਖੋ ਤੀਰ ਸਾਹਿਬ ਮੈਂ ਮਾਫੀ ਚਾਹੁੰਦਾ ਮਾੜਾ ਹੋਲਡ ਰੱਖੋ ਜੀ ਬਿਲਕੁਲ ਤੀਰ ਸਾਹਿਬ ਤੁਹਾਡੀ ਗੱਲ ਸਹੀ ਹੈ ਔਰ ਹਜੇ ਵੀ ਹੰਕਾਰ ਘਟਿਆ ਨਹੀਂ ਹੈਗਾ ਮੇਰੇ ਖਿਆਲ ਦੇ ਨਾਲ ਹਜੇ ਵੀ ਉਨਾ ਹੀ ਆ ਕੋਈ ਗੱਲ ਨਹੀਂ ਹਰੇਕ ਚੀਜ਼ ਦਾ ਅੰਤ ਹੁੰਦਾ ਹੈ ਜੱਗੀ ਜੀ ਹਰੇਕ ਚੀਜ਼ ਦਾ ਅੰਤ ਹੁੰਦਾ ਪਰ ਤੇ ਮੈਂ ਸਾਰੇ ਦੋਸਤਾਂ ਮਿੱਤਰਾਂ ਵੱਲੋਂ ਆਪਣੇ ਪਰਿਵਾਰ ਵੱਲੋਂ ਮਮਤਾ ਬੈਨਰਜੀ ਦੇ ਇਲੈਕਸ਼ਨ ਜਿੱਤਣ ਤੇ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਇਹ ਤੀਰ ਸਾਹਿਬ ਇਹ ਆਈਪੀਐਸ ਫੈਮਿਲੀ ਨੂੰ ਬਿਲੋਂਗ ਕਰਦੀ ਸੀ ਨਾ ਮਮਤਾ ਬੈਨਰਜੀ ਹਾਂਜੀ ਆਈਪੀਐਸ ਫੈਮਿਲੀ ਬਿਲੋਂਗ ਕਰਦੀ ਸੀ ਤੇ ਇਹਨਾਂ ਦੇ ਕਿਹਾ ਸੀ ਆਈਪੀਐਸ ਉਹਨਾਂ ਨੇ ਵੀ ਤੂੰ ਇੱਕ ਆਈਪੀਐਸ ਫੈਮਿਲੀ ਨੂੰ ਬਿਲੋਂਗ ਕਰਦੀ ਆ ਤੇ ਸੂਤੀ ਸਾੜੀ ਪਾ ਕੇ ਤੁਰੀ ਫਿਰਦੀ ਤੇ ਉਹ ਕਹਿੰਦੀ ਸੀ ਵੀ ਇਹੀ ਸੂਤੀ ਸਾੜੀ ਹੀ ਇੱਕ ਦਿਨ ਸੂਤੀ ਸਾੜੀ ਨੂੰ ਹੀ ਲੋਕ ਮੰਨਣਗੇ ਔਰ ਉਹਨਾਂ ਨੇ ਸਾਦਗੀ ਹਵਾਈ ਚੱਪਲ ਦੱਸਦੇ ਨੇ ਵੀ ਉਹ ਪਾਉਂਦੀ ਪੁੰਦੀ ਸੀ ਜ਼ਿਆਦਾ ਦੇਖੋ ਇੱਕ ਬਹੁਤ ਹੀ ਸਿੰਪਲ ਔਰਤ ਆ ਸਰਕਾਰੀ ਖਜ਼ਾਨੇ ਦੇ ਵਿੱਚ ਸਿਰਫ ਤਨਖਾਹ ਤੋਂ ਬਗੈਰ ਹੋਰ ਕੋਈ ਪਤਾ ਨਹੀਂ ਲੈਂਦੀ ਹੁਣ ਸਾਡੇ ਤਾਂ ਦੇਖੋ ਜੋ ਵੀ ਇਲਾਜ ਕਰਾਉਣਾ ਆਪਣੇ ਖਰਚੇ ਤੇ ਕਰਾਉਣਾ ਜੇ ਕਿਤੇ ਜਾਂਦੀ ਆ ਉੱਥੇ ਹੋਟਲ ਦਾ ਖਰਚਾ ਵੀ ਆਪਣੇ ਕੋਲੋਂ ਦਿੰਦੀ ਆ ਆਪਣੇ ਕੋਲ ਕਰਦੀ ਹੈ ਔਰ ਕਿਤਾਬਾਂ ਲਿਖਦੀ ਹੈ ਜੀ ਕਿਤਾਬਾਂ ਲਿਖਦੀ ਹੈ ਕਿਤਾਬਾਂ ਤੋਂ ਜਿਹੜੀ ਰਾਇਲਟੀ ਆਉਂਦੀ ਹੈ ਉਹਦੇ ਨਾਲ ਆਪਣੇ ਖਰਚੇ ਉਹ ਆਪਾਂ ਨੂੰ ਪਤਾ ਤੁਹਾਨੂੰ ਪਤਾ ਜੱਗੀ ਜੀ ਬੰਗਾਲ ਦੇ ਲੋਕਾਂ ਨੂੰ ਤਾਂ ਪੜ੍ਹਨ ਲਿਖਣ ਤੇ ਬਹੁਤ ਸ਼ੌਂਕ ਆ ਲਿਟਰੇਚਰ ਉਹਨਾਂ ਨੇ ਬਹੁਤ ਜ਼ਿਆਦਾ ਲਿਖਿਆ ਬਿਲਕੁਲ ਹਾਂਜੀ ਤੇ ਇਹ ਬਹੁਤ ਹੀ ਸਿੰਪਲ ਔਰਤ ਆ ਕੋਈ ਇਹ ਲਿਪਸਟਿਕ ਨਹੀਂ ਲਾਉਂਦੀ ਜੇ ਰਿਕਸ਼ੇ ਦੇ ਵਿੱਚ ਜਾਂਦੀ ਆ ਆਪਣੇ ਆਪਣਾ ਕਿਰਾਇਆ ਲਾ ਕੇ ਜਾਂਦੀ ਆ ਕਈ ਵਾਰੀ ਇਹ ਪੈਦਲ ਹੀ ਚਲੀ ਜਾਂਦੀ ਆਪਣੇ ਆਫਿਸ ਨੂੰ ਕਹਿੰਦੀ ਜੀ ਤੁਸੀਂ ਏਦਾਂ ਦੀ ਮਹਾਨ ਔਰਤ ਉਹਦੇ ਤੇ ਇਲਜ਼ਾਮ ਲਾਉਂਦੇ ਹੋ ਫਿਰ ਬੰਗਾਲ ਦੀ ਸੰਸਕ੍ਰਿਤੀ ਬਾਕੀ ਦੇ ਇੰਡੀਆ ਨੂੰ ਵੱਖਰੀ ਹੈ ਜਿਵੇਂ ਸਾਡੇ ਪੰਜਾਬੀਆਂ ਦੀ ਸੰਸਕ੍ਰਿਤੀ ਆਪਣੀ ਆ ਪੂਰੀ ਤਾਕਤ ਝੋਕਦੀ ਪੈਸਾ ਪੰਜਾਬ ਆਪਣੇ ਭਾਰਤ ਦੇ ਲੋਕਾਂ ਦਾ ਹੀ ਪੈਸਾ ਜਿਹੜਾ ਮੋਦੀ ਨੇ ਪੱਲਿਓ ਲਾਇਆ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਪੱਲਿਓ ਲਾਇਆ ਲੋਕਾਂ ਦਾ ਖੂਨ ਪੀਤਾ ਉਹਨੇ ਤੇ ਬਟਾਲਵੀ ਸਾਹਿਬ ਦਾ ਅਜੇ ਵੀ ਲੋਕਾਂ ਨੂੰ ਸਮਝ ਨਹੀਂ ਆਊਗੀ ਤਾਂ ਫਿਰ ਲੋਕਾਂ ਨੇ ਮਾਰੇ ਕਿਸਮਤ ਆ ਹਾਂਜੀ ਪਰ ਇਹ ਜੇ ਦੂਜੀ ਗੱਲ ਕਰੀਏ ਤਾਂ ਇਹ ਸੀਟਾਂ ਤਾਂ ਪਹਿਲਾਂ ਨਾਲੋਂ ਤਾਂ ਕਾਫੀ ਜ਼ਿਆਦਾ ਲੱਗੇ ਪੱਛਮੀ ਬੰਗਾਲ 'ਚ ਪਹਿਲਾਂ ਦੋ ਸੀਟਾਂ ਸੀ ਇਹਨਾਂ ਦੀਆਂ ਉਹ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਨਾ ਕਾਮਰੇਡ ਅਤੇ ਕਾਂਗਰਸ ਉਹਨਾਂ ਦੀ ਨਹੀਂ ਲੈ ਕੇ ਗਏ ਨੇ ਹਾਂਜੀ ਹਾਂ ਉਹਨਾਂ ਦੀ ਉਹਨਾਂ ਦਾ ਸਫਾਇਆ ਹੋ ਗਿਆ ਦੂਜੀਆਂ ਪਾਰਟੀਆਂ ਕਾਂਗਰਸ ਦਾ ਵੀ ਹੋ ਗਿਆ ਅਤੇ ਇੱਕ ਜਿਹੜੀ ਹੋਰ ਗੱਲ ਸੀ ਵੀ 33-35 ਜਿਹੜੇ MLA ਇਹਨੂੰ ਛੱਡ ਕੇ ਗਏ ਸੀ ਮਮਤਾ ਬੈਨਰਜੀ ਨੂੰ ਉਹਦੇ 'ਚੋਂ 13 ਨੂੰ ਟਿਕਟਾਂ ਮਿਲੀਆਂ ਅਤੇ 4 ਜਿੱਤੇ ਨੇ ਦੇਖੋ ਜੀ ਪ੍ਰਸ਼ਾਦ ਕਰੋੜ ਨੇ ਇਹ ਕਿਹਾ ਕਿ ਮੈਂ ਪਹਿਲਾ ਚੋਣ ਕਮਿਸ਼ਨਰ ਐਸਾ ਦੇਖਿਆ ਜਿਹੜਾ ਕਿ ਸ਼ਰੇਆਮ ਹੀ ਸਰਕਾਰ ਦੇ ਹੱਕ 'ਚ ਭੁਗਤਿਆ ਚੋਣ ਕਮਿਸ਼ਨਰ ਤਾਂ ਜੀ ਇੰਡੀਆ ਦੀ ਗੌਰਮੈਂਟ ਦੇ ਹੱਥਾਂ ਦੇ ਵਿੱਚ ਆ ਤੇ ਹੁਣ ਉਹਨੇ ਰੀਕਾਊਂਟ ਕਰਾਉਣ ਤੋਂ ਵੀ ਨਾ ਕਰਤੀ ਚਲੋ ਕੋਈ ਨਾ ਇਹ ਤਾਂ ਹੁਣ ਦੋ ਤਰੀਕੇ ਹੁੰਦੇ ਨੇ ਕਿਉਂਕਿ ਮੈਂ ਇਹਦੇ ਬਾਰੇ ਪੜ੍ਹਿਆ ਹੋਇਆ ਪੋਲੀਟੀਕਲ ਸਾਇੰਸ ਜਾਂ ਤਾਂ ਫਿਰ ਚੋਣ ਕਮਿਸ਼ਨ ਕਰਾਵੇ ਇਲੈਕਸ਼ਨ ਜੇ ਉਹ ਮੁੱਕ ਜਾਵੇ ਫਿਰ ਕੋਰਟ ਫੈਸਲਾ ਦਿੰਦੀ ਹੁੰਦੀ ਆ ਤੇ ਜਾਂ ਫਿਰ ਕੋਈ ਇਹਦਾ MLA ਰਿਜ਼ਾਈਨ ਕਰਕੇ ਜਾਵੇ ਉਹਦੀ ਜਗ੍ਹਾ ਤੇ ਸੀਟ ਸ਼ਿਵ ਕੁਮਾਰ ਬਟਾਲਵੀ ਨੂੰ ਤੁਸੀਂ ਯਾਦ ਕੀਤਾ ਉਹਨਾਂ ਦੀ ਬਰਸੀ ਆ ਰਹੀ ਹੈ ਯਾਦ ਕਰਨਾ ਵੀ ਚਾਹੀਦਾ ਇਹੋ ਜਿਹੜੇ ਮਾਨ ਲਿਖਾਰੀ ਹੁੰਦੇ ਆ ਉਹ ਕਈ ਕਈ ਸਦੀਆਂ ਬਾਅਦ ਪੈਦਾ ਹੁੰਦੇ ਨੇ ਬਿਲਕੁਲ ਤੇ ਇਹ ਕਾਫੀ ਸੋਹਣਾ ਗੱਭਰੂ ਸੀ ਮੈਂ ਦੇਖਿਆ ਇਹਨੂੰ ਗੌਰਮੈਂਟ ਕਾਲਜ ਲੁਧਿਆਣੇ 1920-1970 ਦੇ ਵਿੱਚ 50ਵੀਂ ਸ਼ਤਾਬਦੀ ਮਨਾਈ ਸੀ ਉਦੋਂ ਆਇਆ ਸੀ ਤੇ ਰੰਗ ਗੋਰਾ ਬਹੁਤ ਸੋਹਣਾ ਸਵੇਖਾ ਸੀ ਉਦੋਂ ਉੱਥੇ ਇਹਨਾਂ ਨੇ ਪੰਜਾਬੀ ਦੀਆਂ ਸ਼ਾਇਰੀ ਦੀਆਂ ਕਾਫੀ ਕੁਛ ਬੋਲਿਆ ਸੀ ਭੱਠੀ ਵਾਲੀ ਨੀ ਚੰਬੇ ਦੀ ਤੇ ਫਿਰ ਸੁਰਿੰਦਰ ਕੌਰ ਨੂੰ ਇਹਨਾਂ ਨੇ ਫਰਮਾਇਸ਼ ਕੀਤੀ ਸੀ ਕਿਉਂਕਿ ਸੁਰਿੰਦਰ ਕੌਰ ਸਾਰੇ ਗਾਇਕ ਕਲਾਕਾਰ ਉੱਥੇ ਬੈਠੇ ਸੀ ਮੈਨੂੰ ਗਾਣਾ ਗਾ ਕੇ ਸੁਣਾ ਜਿਹੜਾ ਇਹਨਾਂ ਦਾ ਲਿਖਿਆ ਸੀ ਮੈਨੂੰ ਹੀਰੇ ਹੀਰੇ ਲੰਬੜਾਂ ਦਾ
ਤੇ ਉਹ ਵੀ ਕਾਫੀ ਮਤਲਬ ਚੰਗਾ ਪ੍ਰੋਗਰਾਮ ਸੀ, ਅਸੀਂ ਵੀ ਮੁੰਡੇ ਦੇਖਣ ਗਏ ਤੇ ਪਰ ਓਵਰਆਲ ਤਾਂ ਜੀ ਯਾਦ ਕਰਨਾ ਬਣਦਾ, ਬਹੁਤ ਵਧੀਆ ਸ਼ਾਇਰ ਸੀ, ਬਹੁਤ ਵਧੀਆ ਦੇਣ ਹੈ ਪੰਜਾਬੀ ਸੱਭਿਆਚਾਰ। ਹਾਂਜੀ, ਜਿਹੜੀ ਜਿਹੜੀ ਲੂਣਾ ਸੀ, ਤੁਸੀਂ ਹੈਰਾਨ ਹੋਵੋਗੇ, ਅੱਜ ਕੱਲ੍ਹ ਦੇ ਬੱਚਿਆਂ ਨੂੰ 14 ਸਾਲ ਦੇ ਕੁਛ ਵੀ ਨਹੀਂ ਪਤਾ, ਇਹਨਾਂ ਨੇ 14 ਸਾਲ ਦੀ ਉਮਰ ਦੇ ਵਿੱਚ ਲਿਖਿਆ ਸੀ, ਦੇਖ ਲਓ ਜੀ। ਆਇਆ ਛਪਿਆ ਬਾਅਦ ਦੇ ਵਿੱਚ ਸੀ ਫਿਰ। ਹਾਂਜੀ, ਛਪਿਆ ਫਿਰ ਬਾਅਦ ਦੇ ਵਿੱਚ ਸੀ, ਤੇ ਫਿਰ ਇਹਨਾਂ ਨੇ ਜਿਹੜਾ ਇੱਕ ਗੀਤ ਲਿਖਿਆ ਸੀ ਉਹ ਵੀ ਬੜੀ ਛੋਟੀ ਉਮਰ 'ਚ, 16 ਸਾਲ ਦੀ ਉਮਰ 'ਚ ਲਿਖਿਆ ਸੀ, ਮੁਹੰਮਦ ਰਫੀ ਸਾਹਿਬ ਨੇ ਗਾਇਆ ਸੀ, ਪੱਥਰ ਮਾਰੇ ਇਹ ਦੁਨੀਆ ਮੋਏ ਦੇ ਬੁੱਤ ਬਣਾਉਂਦੀ ਹੈ। ਫਿਲਮ ਦਾ ਸੀ, ਪੈਸੇ ਦੀ ਕੀਮਤ ਬੰਦਾ ਹੈ, ਬੰਦੇ ਦੀ ਕੀਮਤ ਕੁਛ ਵੀ ਨਹੀਂ। ਮੈਂ ਹੈਰਾਨ ਜੀ, 16 ਸਾਲ ਦੀ ਉਮਰ ਦੇ ਵਿੱਚ ਜਦੋਂ ਮੈਂ ਪੜ੍ਹਿਆ, ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਡੂੰਘਾਈ ਦੇ ਵਿੱਚ ਲਿਖ ਦਿੱਤਾ। ਜੀ ਜੀ ਜੀ, ਚਲੋ ਥੈਂਕ ਯੂ ਜੀ ਧੀਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਓਕੇ ਜੀ, ਓਕੇ ਜੀ, ਬਹੁਤ ਮਿਹਰਬਾਨੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ 626 ਏਰੀਆ ਕੋਡ। ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਮੈਂ ਐਲਏ ਤੋਂ ਬੋਲਦਾ, ਇੱਥੋਂ ਦਿਲਬਾਗ ਸਿੰਘ। ਹਾਂਜੀ ਸਰਦਾਰ ਦਿਲਬਾਗ ਸਿੰਘ ਜੀ, ਕੀ ਕਹਿਣਾ ਚਾਹੁੰਦੇ ਜੀ? ਮੈਂ ਆਪਣੇ ਨਾ ਡਾਕਟਰ ਨੂੰ, ਆਪਣਾ ਜਿਹੜਾ ਕੱਲ੍ਹ ਨੂੰ ਆਉਂਦਾ ਨਾ, ਮੈਂ ਅੱਗੇ ਵੀ ਇੱਕ ਦਿਨ ਟਰਾਈ ਕੀਤੀ, ਫੋਨ ਨਹੀਂ ਲੱਗਾ ਜੀ, ਤਾਂ ਮੈਂ ਫਿਰ ਅੱਜ ਹੁਣ ਕੋਸ਼ਿਸ਼ ਕਰਦਾ ਸੀ, ਮੇਰੇ ਸਾੜ ਪੈਰਾਂ 'ਚ ਪੈਂਦਾ ਉਹ ਸੁਣ ਮੇਰੇ। ਤੁਸੀਂ ਟੀਵੀ ਦੀ ਆਵਾਜ਼ ਘੱਟ ਕਰੋ ਜੀ। ਅੱਛਾ, ਤੇ ਤੁਸੀਂ ਕੱਲ ਨੂੰ ਕਰ ਰਹੇ ਫੋਨ? ਮੈਂ ਕੱਲ ਨੂੰ ਤੁਹਾਡਾ ਨੰਬਰ ਨੋਟ ਕਰ ਲੈਣਾ, ਤੇ ਕੱਲ ਨੂੰ ਮੈਂ ਤੁਹਾਨੂੰ। ਨਹੀਂ ਜੀ, ਮੇਰਾ ਨਾਮ ਹੀ ਨੰਬਰ ਨੋਟ ਮੈਂ ਕਰ ਲੂੰਗਾ ਜੀ, ਕੋਸ਼ਿਸ਼ ਹੀ ਨਹੀਂ ਤਾਂ ਉਹਨਾਂ ਨੂੰ ਦੱਸਿਓ। ਮੈਨੂੰ ਤਿਲਾਂ ਦਾ ਤੇਲ ਦੱਸਿਆ ਸੀ, ਮੇਰੇ ਪੈਰਾਂ 'ਚ ਸਾੜ ਪੈਂਦਾ ਬਹੁਤ ਚਿਰਾਂ ਦਾ। ਅੱਛਾ ਜੀ, ਤਾਂ ਫਿਰ ਉਸ ਕਰਕੇ ਮੈਂ ਤੁਹਾਨੂੰ ਪੁੱਛਣਾ ਸੀ ਵੀ ਜੇ ਮੇਰੀ ਕਾਲ ਲੱਗ ਜਾਏ ਡਾਕਟਰ ਨੂੰ। ਕੱਲ ਨੂੰ ਕਰਾ ਦਾਂਗੇ ਜੀ, ਕੱਲ ਨੂੰ ਗੱਲ ਕਰ ਦਾਂਗੇ ਤੁਹਾਡੀ ਪੱਕਾ, 200%। ਮਿਹਰਬਾਨੀ ਬਹੁਤ ਤੁਹਾਡੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸੁਰਿੰਦਰ ਸਿੰਘ ਜੀ, ਕਰਤਾਰ ਸਿੰਘ ਜੱਗੀ ਵੀ। ਵਾਹ ਜੀ ਵਾਹ, ਵਾਹ ਜੀ ਵਾਹ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਹੋਰ ਸੁਣਾਓ? ਠੀਕ ਠਾਕ, ਕਿਰਪਾ ਵਾਹਿਗੁਰੂ ਦੀ, ਵਧਾਈਆਂ ਜੀ ਤੁਹਾਨੂੰ ਪਹਿਲਾਂ ਤਾਂ। ਵਾਹ ਜੀ ਵਾਹ, ਮਮਤਾ ਬੈਨਰਜੀ ਨੇ ਤਾਂ ਮਤਲਬ ਕਿ ਐਦੂ ਉੱਪਰ ਕੁਛ ਨਹੀਂ ਹੋ ਸਕਦਾ, ਐਦੂ ਉੱਪਰ ਵਾਹ ਮੇਰਾ ਨਹੀਂ ਖਿਆਲ ਵੀ ਲੱਗ ਸਕਦੀ ਹੋ। ਨਹੀਂ ਲੱਗ ਸਕਦੀ, ਸਾਰਾ ਕੁਛ ਝੁਕਦਾ ਨਹੀਂ, ਕੁਛ ਛੱਡਿਆ ਹੀ ਨਹੀਂ, ਮੰਨ ਲਓ ਇੱਕ ਪਾਸੇ ਇਕੱਲੀ ਬੁੜੀ ਵਿਚਾਰੀ, ਇੱਕ ਪਾਸੇ ਸਾਰਾ ਇਸਲਾਮ ਲਸ਼ਕਰ ਹਿੰਦੁਸਤਾਨ ਦਾ ਸਮਝ ਲਓ ਫੌਜਾਂ ਭੱਜੀਆਂ ਸੀ, 300 ਇਹਨਾਂ ਦਾ MP, ਸਾਰੇ MLA, ਸਾਰਾ ਕੁਛ ਝੋਕ ਰੱਖਿਆ ਸੀ ਉੱਥੇ। ਹਾਂਜੀ, ਉੱਥੇ 7 ਗੇੜ, 8 ਬਣਾਏ, ਦੱਸੋ ਦੂਏ ਪਾਸੇ 1 ਗੇੜ 'ਚ ਇਲੈਕਸ਼ਨ ਹੋਣੀ ਸੀ, ਸਾਵੇਂ 8 'ਚ ਕਰਾਈ, 7 'ਚ। ਹਾਂਜੀ, ਹਰ ਹਰ ਤਕੜਮਬਾਜ਼ੀ ਲਾ ਕੇ ਦੇਖੀ ਪਰ ਨਹੀਂ ਲੱਗੀ, ਕੋਈ ਛੱਡੇ ਬਸ ਇੱਕ ਆਪਣੋ ਕਰ ਗਏ, ਜਿੱਤੀ ਉਹਨੂੰ ਹਰਾ ਗਏ, ਬਸ ਇੰਨਾ ਕੁ ਕਰਨ ਯੋਗੇ ਸੀ, ਇਹ ਕਰ ਗਏ ਆ। ਉਹ ਵੀ ਚਲੋ ਕੁਛ ਨਾ ਕੁਛ ਮਤਲਬ ਢਾਹ ਭੰਨ ਕਰਕੇ ਹੀ ਹਰਾਇਆ, ਉੱਦਾਂ ਤਾਂ ਨਹੀਂ, ਖੈਰ ਜੇ ਇਲੈਕਸ਼ਨ ਦੁਬਾਰਾ ਹੋ ਜਾਣ ਤਾਂ ਫਿਰ ਸ਼ਾਇਦ। ਚਲੋ ਖੈਰ, ਹਾਂਜੀ, ਆਪਾਂ ਸ਼ਿਵ ਕੁਮਾਰ ਬਟਾਲਵੀ ਨੂੰ ਕਰ ਰਹੀ ਯਾਦ ਅੱਜ। ਆਵਾਜ਼ ਆਪਾਂ ਨਾ ਕੇ ਗਿਆ ਬਾਪੂ ਜੀ ਤੇ ਗੁਰੂ ਤੇਗ ਬਹਾਦਰ ਜੀ, ਪਿਛਲੇ 1 ਮਈ ਨੂੰ ਸੀ, ਇੱਕ ਪਰਸੋਂ ਹੀ ਸੀ। ਹਾਂਜੀ ਹਾਂਜੀ, ਤੇ ਉਹਦੇ ਬਾਰੇ ਕਦ ਤੱਕ ਬੋਲ ਲਈਏ ਜੀ? ਜੀ ਹਾਂਜੀ, ਛੋਟੀ ਜੀ ਬੋਲ ਲਓ, ਟਾਈਮ ਜੀ। ਅੱਛਾ, ਥੋੜ੍ਹੀ ਬੋਲਣੀ, ਚਲੋ ਠੀਕ ਆ, ਥੋੜ੍ਹੀ ਜੀ ਬੋਲ ਦਿੰਦੇ ਹਾਂ। ਹਾਂਜੀ, ਤੇਗ ਬਹਾਦਰ ਪਿਤਾ ਜੀ ਚੱਲ ਸ਼ਰਨ ਤੁਹਾਰੀ, ਪਹੁੰਚੇ ਨੇ ਕਸ਼ਮੀਰ ਤੋਂ ਬੇਬਸ ਬਜ਼ਾਰੀ, ਰੋ ਰੋ ਗਈ ਵਿਚਾਰਿਆਂ ਨੇ ਧਰਤੀ ਗਿੱਲੀ, ਹੇਤ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ, ਮੂੰਹ ਵਿੱਚ ਕਾਲੇ ਪੰਡਤਾਂ ਦੋਵੇਂ ਹੱਥ ਬੰਨੇ, ਬਣ ਕੇ ਵਿਹੜੇ ਕੱਲੂ ਦੇ ਲਾ ਦੇ ਵੋ ਬੰਨੇ, ਬਿਨ ਕਿਸ ਕੀ ਤੋਂ ਕੌਮ ਹੈ ਦਰਿਆ ਵਿੱਚ ਠਿੱਲੀ, ਹੇਤ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ, ਕਤਲ ਕਰੇ ਬਿਨ ਗਲਤੀਓ ਬੰਦੇ ਨੂੰ ਬੰਦਾ, ਪਕੜੇ ਹੱਥ ਮਿਲਾਣਿਆ ਇਸਲਾਮੀ ਰੰਦਾ, ਮਜਲੂਮਾਂ ਦੇ ਦਿਲਾਂ ਨੂੰ ਹਨ ਜਾਂਦੇ ਛਿੱਲੀ, ਹੇਤ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ, ਨਜ਼ਰ ਨਾ ਆਵੇ ਪਾਸਾ ਕੋਈ ਦੂਜਾ ਰਸਤਾ, ਛੇਤੀ ਫਿਰ ਕੂਰਾਜ ਦਾ ਵੱਢ ਦੇਵੋ ਫਾਸਾ, ਮਿੱਤਾ ਮਮਤਾ ਨੇ ਵੱਢਿਆ, ਛੇਤੀ ਫਿਰ ਕੂਰਾਜ ਦਾ ਵੱਢ ਦੇਵੋ ਫਾਸਾ, ਵਿੱਚ ਜਨਾਜੇ ਛਰਾ ਦੇ ਜੜ ਦੇਵੋ ਕਿੱਲੀ, ਧਰਮ ਹੇਤ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ, ਧਰਮ ਹੇਤ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਨਾਲ ਦੀ ਨਾਲ ਜਿਹੜਾ ਅਸੀਂ ਬ੍ਰੇਕ ਇੱਕ ਲੈਣੀ ਪਏਗੀ, ਬ੍ਰੇਕ ਤੋਂ ਬਾਅਦ ਫਿਰ
हाजिर होवांगे ते ब्रेक तो बाद फिर मैं कोशिश करूँगा जी कि शिव कुमार बटालवी जिहड़ा गीत पेंडिंग पिया की पुछदे हो हाल फकीरां दा वो तुहाडे नाल जरूर साझा करिए। देखते रहो जस पंजाबी। प्रोग्राम का समा खत्म है। कॉल तुहाडियां बहुत सारिया आ रही ने पर कॉल हुण नहीं लै होणियां और गलबात करनी चाहते हो शिव कुमार बटालवी बारे पर आप फिर कित ये विशा रख के दोबारा फिर गल करांगे कॉल लवेंगे। तो प्रोग्राम खत्म करने तो पहला मैं चाहना एक गीत जिहड़ा हैगा की पुछदे हो हाल फकीरां दा जिहड़ी बीबीसी लंडन की इंटरव्यू के उन्होंने आप गाया सीगा उहदी वीडियो अच्छी क्वालिटी है बहुत अच्छी क्वालिटी की वीडियो मिली है वो सांझी करूँगा। उम्मीद करता अज्ज दा प्रोग्राम तुहानूं वधिया लग्गिया होगा। ईमेल कर सकते हैं jaggi@jasbroadcasting.com या फिर info@jasbroadcasting.com। फेसबुक ट्विटर तो इलावा वट्सअप नंबर है मेरा सैल नंबर है सब को 209-400-5033 बट कितने भी संपर्क कर सकते हो। मैनू आग्या दिओ सब नूं प्यार भरी सत श्री अकाल। खुश रहो खुश रखो रब रखा। जीवे पंजाब जीवे पंजाबी। नानक नाम चढ़दी कला तेरे भाणे सरबत दा भला।